ਹੈਲੋ ਏਵਰੀਵਨ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਇਟਸ ਜੀਕੇ ਗੁਰਜੀ 'ਤੇ। ਦੋਸਤੋ, ਇਸ ਵੀਡੀਓ 'ਚ ਆਪਾਂ ਕਰਾਂਗੇ ਉੱਤਲ ਦਰਪਣ ਨਾਲ ਬਣੇ ਪ੍ਰਤੀਬਿੰਬ ਦੀ ਟ੍ਰਿਕ। ਜਿੰਨੇ ਵੀ ਉੱਤਲ ਦਰਪਣ ਨਾਲ ਪ੍ਰਤੀਬਿੰਬ ਬਣਦੇ ਨੇ ਉਸ ਨੂੰ ਆਪਾਂ ਟ੍ਰਿਕ ਦੇ ਨਾਲ ਯਾਦ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਅਵਤਲ ਦਰਪਣ ਨਾਲ ਜਿੰਨੇ ਵੀ ਪ੍ਰਤੀਬਿੰਬ ਬਣੇ ਸੀ ਉਹਨਾਂ ਨੂੰ ਆਪਾਂ ਟ੍ਰਿਕ ਨਾਲ ਯਾਦ ਕੀਤਾ ਹੋਇਆ। ਜੇਕਰ ਕਿਸੇ ਨੇ ਉਹ ਵੀਡੀਓ ਨਹੀਂ ਵੇਖੀ ਤਾਂ ਇਸ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬੁੱਕ 'ਚ ਇਸ ਦਾ ਲਿੰਕ ਦੇ ਦੇਵਾਂਗੇ, ਉੱਥੋਂ ਜਾ ਕੇ ਤੁਸੀਂ ਇਹ ਵੀਡੀਓ ਵੇਖ ਸਕਦੇ ਹੋ। ਐਗਜ਼ਾਮ ਵਿੱਚ ਇਹਨਾਂ ਤੋਂ ਤੁਹਾਨੂੰ ਡਾਇਰੈਕਟ ਕੁਸ਼ਚਨ ਜਿਹੜਾ ਵੇਖਣ ਨੂੰ ਮਿਲੇਗਾ ਕਿ ਤੁਹਾਨੂੰ ਕੁਸ਼ਚਨ ਦਿੱਤਾ ਹੋਏਗਾ ਕੋਈ ਵਸਤੂ ਹੈ ਜਿਹੜੀ ਉਹ ਅਨੰਤ 'ਤੇ ਪਈ ਹੈ ਜਾਂ ਫਿਰ ਸੈਂਟਰ ਅਤੇ ਫੋਕਸ ਦੇ ਵਿਚਕਾਰ ਪਈ ਹੈ, ਅਤੇ ਆਪਾਂ ਦਰਪਣ ਜਿਹੜਾ ਯੂਜ਼ ਕਰਦੇ ਹਾਂ ਉੱਤਲ ਜਾਂ ਅਵਤਲ, ਤਾਂ ਉਹਦਾ ਪ੍ਰਤੀਬਿੰਬ ਜਿਹੜਾ ਕਿੱਥੇ ਬਣੇਗਾ, ਕਿਸ ਤਰ੍ਹਾਂ ਬਣੇਗਾ, ਆਭਾਸੀ ਹੋਵੇਗਾ ਜਾਂ ਫਿਰ ਸਿੱਧਾ ਹੋਵੇਗਾ, ਵਾਸਤਵਿਕ ਹੋਵੇਗਾ, ਉਲਟਾ ਹੋਵੇਗਾ, ਇਸ ਤਰ੍ਹਾਂ ਤੁਹਾਨੂੰ ਡਾਇਰੈਕਟ ਕੁਸ਼ਚਨ ਜਿਹੜਾ ਪੁੱਛਿਆ ਜਾਵੇਗਾ। ਇਸ ਤੋਂ ਪਹਿਲਾਂ ਫਸਟ ਵੀਡੀਓ 'ਚ ਆਪਾਂ ਉੱਤਲ ਦਰਪਣ ਅਤੇ ਅਵਤਲ ਦਰਪਣ ਬਾਰੇ ਡਿਸਕਸ ਕਰ ਚੁੱਕੇ ਸੀ। ਅੱਜ ਦੀ ਵੀਡੀਓ 'ਚ ਆਪਾਂ ਕਰਾਂਗੇ ਉੱਤਲ ਦਰਪਣ ਨਾਲ ਬਣੇ ਪ੍ਰਤੀਬਿੰਬ ਨੂੰ ਟ੍ਰਿਕ ਦੇ ਨਾਲ ਯਾਦ। ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦੀ ਟ੍ਰਿਕ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਉੱਤਲ ਦਰਪਣ ਦੀ ਡਾਇਗ੍ਰਾਮ ਬਣਾ ਲਈਏ। ਇਸ ਤਰ੍ਹਾਂ ਹੁੰਦਾ ਜੀ ਉੱਤਲ ਦਰਪਣ, ਆ ਹੁੰਦਾ ਪੁਆਇੰਟ ਪੀ, ਪੋਲ, ਇੱਥੇ ਇਸਦਾ ਹੋਵੇਗਾ ਫੋਕਸ ਐਫ, ਇੱਥੇ ਇਸਦਾ ਹੋਵੇਗਾ ਸੈਂਟਰ ਸੀ, ਇਸ ਸਾਈਡ ਹੋਵੇਗਾ ਜੀ ਅਨੰਤ ਇਨਫਿਨਿਟੀ, ਪੋਲ, ਫੋਕਸ ਅਤੇ ਸੈਂਟਰ ਯਾਨੀ ਕਿ ਕੇਂਦਰ। ਆ ਹੋ ਗਿਆ ਜੀ ਉੱਤਰ ਦਰਪਣ। ਹਾਂਜੀ, ਇੱਕ ਗੱਲ ਤੁਸੀਂ ਯਾਦ ਰੱਖਣੀ ਹੈ ਕਿ ਉੱਤਲ ਦਰਪਣ ਜਦੋਂ ਦਿੱਤਾ ਹੋਵੇ ਤਾਂ ਉੱਤਲ ਦਰਪਣ 'ਚ ਜਦੋਂ ਵੀ ਪ੍ਰਤੀਬਿੰਬ ਬਣੇਗਾ ਉਹ ਆਭਾਸੀ ਅਤੇ ਸਿੱਧਾ ਹੋਵੇਗਾ। ਆਹ ਗੱਲ ਤੁਸੀਂ ਯਾਦ ਰੱਖਣੀ ਹੈ, ਉੱਤਲ ਦਰਪਣ ਦਾ ਜਦੋਂ ਵੀ ਪ੍ਰਤੀਬਿੰਬ ਬਣੇਗਾ ਉਹ ਆਭਾਸੀ ਅਤੇ ਸਿੱਧਾ ਹੀ ਬਣੇਗਾ। ਹਾਂਜੀ, ਵੇਖਦੇ ਹਾਂ ਉੱਤਲ ਦਰਪਣ 'ਚ ਆਪਾਂ ਵਸਤੂ ਨੂੰ ਕਿੱਥੇ ਕਿੱਥੇ ਰੱਖ ਸਕਦੇ ਹਾਂ। ਫਸਟ ਹੋਵੇਗੀ ਜੀ ਅਨੰਤ 'ਤੇ ਇਸ ਸਾਈਡ, ਅਤੇ ਇੱਕ ਆਪਾਂ ਜਿਹੜਾ ਪੋਲ ਅਤੇ ਅੰਨ ਦੇ ਵਿਚਕਾਰ ਇਸ ਸਾਈਡ ਰੱਖ ਸਕਦੇ ਹਾਂ। ਇਸੇ ਤਰ੍ਹਾਂ ਇੱਕ ਪੁਆਇੰਟ ਆ ਹੋ ਜਾਏਗਾ ਅਤੇ ਇੱਕ ਪੁਆਇੰਟ ਆ ਹੋ ਜਾਏਗਾ। ਉਸੇ ਤਰ੍ਹਾਂ ਤੁਸੀਂ ਉੱਤੇ ਜਿਹੜੇ ਨੰਬਰ ਪਾ ਲੈਣੇ ਆ, ਆ ਹੋ ਜਾਏਗਾ ਨੰਬਰ 1 ਅਤੇ ਆ ਨੰਬਰ 2। ਇਸੇ ਸਾਈਡ ਆ ਹੋ ਜਾਏਗਾ ਜੀ ਨੰਬਰ 1 ਅਤੇ ਆ ਹੋ ਜਾਏਗਾ ਨੰਬਰ 2 ਉਤਲੀ ਸਾਈਡ। ਹਾਂਜੀ, ਆ ਹੋ ਜਾਏਗਾ 1 ਨੰਬਰ, ਆ ਹੋ ਜਾਏਗਾ 2 ਨੰਬਰ। ਫਸਟ ਟਾਈਮ ਦੀ ਕੰਡੀਸ਼ਨ ਕੀ ਹੋਵੇਗੀ, ਜੇਕਰ ਵਸਤੂ ਅਨੰਤ 'ਤੇ ਪਈ ਹੈ ਤਾਂ ਉਹਦਾ ਜਿਹੜਾ ਪ੍ਰਤੀਬਿੰਬ ਕਿੱਥੇ ਬਣੇਗਾ, ਫੋਕਸ ਦੇ ਉੱਤੇ, ਫੋਕਸ ਦੇ ਉੱਤੇ ਹੁੰਦਾ ਪ੍ਰਤੀਬਿੰਬ ਬਣੇਗਾ, ਅਤੇ ਪ੍ਰਤੀਬਿੰਬ ਕਿੱਥੇ ਬਣੇਗਾ, ਦਰਪਣ ਦੇ ਪਿੱਛੇ, ਦਰਪਣ ਦੇ ਜਿਹੜੇ ਪਿੱਛੇ ਹੁੰਦਾ ਪ੍ਰਤੀਬਿੰਬ ਬਣੇਗਾ। ਅਤੇ ਸਾਈਜ਼ ਦੀ ਗੱਲ ਕਰੀਏ, ਸਾਈਜ਼ ਕੀ ਹੋਏਗਾ, ਬਹੁਤ ਛੋਟਾ, ਬਹੁਤ ਛੋਟਾ ਯਾਨੀ ਕਿ ਡੋਟ ਦੇ ਬਰਾਬਰ। ਫਸਟ ਕੇਸ ਕੀ ਹੈਗਾ ਸੀ ਕਿ ਜਦੋਂ ਵਸਤੂ ਕਿੱਥੇ ਪਈ ਹੈ, ਅਨੰਤ 'ਤੇ, ਤਾਂ ਉਹਦਾ ਜਿਹੜਾ ਪ੍ਰਤੀਬਿੰਬ ਬਣੇਗਾ ਫੋਕਸ ਦੇ ਉੱਤੇ ਬਣੇਗਾ, ਅਤੇ ਉਹਦਾ ਸਾਈਜ਼ ਜਿਹੜਾ ਕੀ ਹੋਏਗਾ, ਬਹੁਤ ਛੋਟਾ। ਅਤੇ ਨੇਚਰ ਦੀ ਗੱਲ ਕਰੀਏ ਤਾਂ ਨੇਚਰ ਦੇ ਵਿੱਚ ਕੀ ਹੋਵੇਗਾ, ਆਭਾਸੀ ਅਤੇ ਸਿੱਧਾ, ਆਭਾਸੀ ਅਤੇ ਸਿੱਧਾ
ਫਸਟ ਕੇਸ ਹੋਵੇਗਾ। ਸੈਕਿੰਡ ਕੇਸ ਕੀ ਹੈਗਾ, ਜਦੋਂ ਵਸਤੂ ਇਨਫਿਨਿਟੀ ਅਤੇ ਪੋਲ ਦੇ ਵਿਚਕਾਰ ਪਈ ਹੋਵੇ। ਜਦੋਂ ਵਸਤੂ ਇਨਫਿਨਿਟੀ ਅਤੇ ਪੋਲ ਦੇ ਵਿਚਕਾਰ ਹੋਵੇ, ਇਸ ਵਿੱਚ ਕੀ ਹੋਵੇਗਾ, ਜਿਹੜਾ ਸਾਈਜ਼ ਹੋਵੇਗਾ, ਜਿਹੜਾ ਪ੍ਰਤੀਬਿੰਬ ਬਣੇਗਾ ਉਹ ਕਿੱਥੇ ਬਣੇਗਾ ਜੀ, ਇੱਥੇ 2 ਨੰਬਰ 'ਤੇ ਫੋਕਸ ਅਤੇ ਜਿਹੜਾ ਪੀ ਦੇ ਵਿਚਕਾਰ, ਪੋਲ ਅਤੇ ਫੋਕਸ ਦੇ ਵਿਚਕਾਰ ਇਹਦਾ ਪ੍ਰਤੀਬਿੰਬ ਬਣੇਗਾ। ਅਤੇ ਸਾਈਜ਼ ਦੀ ਗੱਲ ਕਰੀਏ ਤਾਂ ਸਾਈਜ਼ ਕੀ ਹੋਵੇਗਾ, ਛੋਟਾ ਛੋਟਾ ਇਹਦਾ ਸਾਈਜ਼ ਹੋਵੇਗਾ। ਅਤੇ ਨੇਚਰ ਕੀ ਹੋਵੇਗਾ, ਆਭਾਸੀ ਅਤੇ ਸਿੱਧਾ। ਫਿਰ ਤੋਂ ਰਿਪੀਟ ਕਰ ਦਿੰਦੇ ਹਾਂ ਜੀ, ਟ੍ਰਿਕ ਟ੍ਰਿਕ ਕੀ ਹੈਗੀ ਸੀ, ਇਸ ਵਿੱਚ ਕੀ ਹੈ, ਉੱਤਰਲੇ ਵਿੱਚ ਦੋ ਥਾਂ 'ਤੇ ਆਪਾਂ ਵਸਤੂ ਰੱਖ ਸਕਦੇ ਹਾਂ, ਇਨਫਿਨਿਟੀ 'ਤੇ ਜਾਂ ਫਿਰ ਪੋਲ ਅਤੇ ਇਨਫਿਨਿਟੀ ਦੇ ਵਿਚਕਾਰ। ਉਸੇ ਤਰ੍ਹਾਂ ਆਪਾਂ ਇੱਥੇ ਨੰਬਰ ਜਿਹੜੇ ਉੱਤੇ ਲਿਖ ਲੈਣੇ ਆ, ਇਨਫਿਨਿਟੀ 'ਤੇ 1 ਨੰਬਰ ਅਤੇ ਪੋਲ ਅਤੇ ਸੈਂਟਰ ਦੇ ਵਿਚਕਾਰ 2 ਨੰਬਰ। ਇਸੇ ਤਰ੍ਹਾਂ ਦੂਜੀ ਸਾਈਡ ਐਫ ਤੋਂ ਸਟਾਰਟ ਕਰਨਾ, ਐਫ 'ਤੇ 1 ਨੰਬਰ ਅਤੇ ਪੋਲ ਅਤੇ ਸੈਂਟਰ ਦੇ ਵਿਚਕਾਰ, ਜਿਹੜਾ ਸੋਰੀ ਫੋਕਸ ਅਤੇ ਸੈਂਟਰ ਦੇ ਵਿਚਕਾਰ ਨੰਬਰ 2 ਪਾ ਲੈਣਾ ਆਪਾਂ। ਅਤੇ ਫਿਰ ਆਪਾਂ ਕਰਦੇ ਹਾਂ, ਜਿਵੇਂ ਅਨੰਤ 'ਤੇ ਵਸਤੂ ਪਈ ਹੈ ਤਾਂ ਉਹਨੂੰ ਕਿਸ ਨਾਲ ਮੈਚ ਕਰਾਂਗੇ, 1 ਨੰਬਰ ਨਾਲ, ਜਿਵੇਂ ਜਿਵੇਂ ਦਿੱਤਾ ਹੈ। ਇਸੇ ਤਰ੍ਹਾਂ ਸੈਕਿੰਡ ਕੇਸ ਕੀ ਹੈਗਾ ਸੀ, ਜਦੋਂ ਵਸਤੂ ਅਨੰਤ ਅਤੇ ਪੋਲ ਦੇ ਵਿਚਕਾਰ ਪਈ ਹੈ ਤਾਂ ਜਿਹੜਾ ਹੁੰਦਾ ਪ੍ਰਤੀਬਿੰਬ ਕਿੱਥੇ ਬਣੇਗਾ, ਫੋਕਸ ਅਤੇ ਪੋਲ ਦੇ ਵਿਚਕਾਰ, ਸਾਈਜ਼ ਕੀ ਹੋਵੇਗਾ ਛੋਟਾ, ਅਤੇ ਨੇਚਰ ਕੀ ਹੋਵੇਗਾ ਆਭਾਸੀ ਅਤੇ ਸਿੱਧਾ। ਉਮੀਦ ਕਰਦਾ ਜੀ ਤੁਹਾਨੂੰ ਇਹ ਟ੍ਰਿਕ ਵੀ ਯਾਦ ਹੋ ਗਈ ਹੋਵੇਗੀ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ। ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ, ਉਦੋਂ ਤੱਕ ਦੇ ਲਈ ਟੇਕ ਕੇਅਰ।